ਸ਼੍ਰੀਕਾਲ ਸਾਰਿਆਂ ਨੂੰ, ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਮਿਸਟਰ ਐਂਡ ਮਿਸਿਸ ਬੈਨੀਪਾਲ। ਸੋ ਹੇਅਰ ਵੀ ਗੋ ਵਿਦ ਦਾ ਨਿਊ ਬਲੌਗ। ਅੱਜ ਹੈਗੀ ਆ 8 ਜਨਵਰੀ, ਯਾਨੀ ਕਿ ਸਾਡਾ ਰਿਸੈਪਸ਼ਨ ਡੇ। ਸੋ ਟਾਈਮ ਹੋ ਚੁੱਕਿਆ ਆ, 5 ਵੱਜ ਚੁੱਕੇ ਨੇ, ਬਹੁਤ ਜ਼ਿਆਦਾ ਹਨੇਰਾ ਵਾ, ਐਂਡ ਸਾਡੀ ਪੈਕਿੰਗ ਹੋ ਚੁੱਕੀ ਆ, ਡਨ। ਟਾਈਮ ਹੋ ਚੁੱਕਿਆ 5 ਵੱਜ ਚੁੱਕੇ ਸਵੇਰ ਦੇ, ਬਹੁਤ ਜ਼ਿਆਦਾ ਹਨੇਰਾ ਵਾ, ਸਾਰੇ ਸੁੱਤੇ ਪਏ ਨੇ। ਦੇਖੋ ਹਨੇਰਾ ਬਹੁਤ ਆ, ਧੁੰਦ ਨਹੀਂ ਹੈਗੀ ਅੱਜ। ਨਿਕਲਣਾ ਸੀ 5 ਵਜੇ ਪੂਰੇ, ਬਟ ਸਟਿਲ ਅਸੀਂ ਹੋ ਗਏ ਹਾਂ ਲੇਟ। ਸੋ ਹੁਣ ਅਸੀਂ ਨਿਕਲਾਂਗੇ 6 ਵਜੇ, ਹੁਣ ਅਸੀਂ ਰੈਡੀ ਹੋ ਕੇ ਤੁਹਾਨੂੰ ਮਿਲਦੇ ਹਾਂ। ਜਦੋਂ ਘਰੋਂ ਨਿਕਲਾਂਗੇ ਤਾਂ ਮਿਸਟਰ ਬੈਨੀਪਾਲ ਨੂੰ ਪਤਾ ਹੋ ਗਿਆ ਅੱਜ ਜਾਣਾ ਕਿੱਥੇ ਆ। ਸੋ ਚੱਲਦੇ ਹਾਂ ਫਿਰ। ਓਕੇ ਜੀ, ਹੁਣ ਆਪਾਂ ਹੋ ਗਏ ਹਾਂ ਰੈਡੀ। ਸੋ ਰੈਡੀ ਹੋ ਗਈ ਹਾਂ ਅਤੇ ਹੁਣ ਆਪਾਂ ਚੱਲੇ ਹਾਂ ਬਸ ਰੈਡੀ ਹੋ ਕੇ। ਰੋਟੀ ਪਾਣੀ ਆਪਾਂ ਪਰੌਂਠੇ ਬੰਨ ਲਏ, ਐਂਡ ਪਲੱਸ ਆਪਾਂ ਪਰੌਂਠੇ ਵੀ ਬੰਨ ਲਏ, ਚਾਹ ਚੂਹ ਪੀ ਲਈ, ਅਤੇ ਹੁਣ ਆਪਾਂ ਹੈਗੇ ਹਾਂ ਰੈਡੀ। ਸੋ ਫਿਰ ਹੁਣ ਆਪਾਂ ਮਿਲਾਂਗੇ ਗੱਡੀ 'ਚ ਜਾ ਕੇ। ਸੋ ਧੁੰਦ ਹੋ ਗਈ ਬਹੁਤ, ਪਹਿਲਾਂ ਹੈ ਨਹੀਂ ਸੀਗੀ, ਹੁਣ ਜ਼ਿਆਦਾ ਹੋ ਗਈ, ਅਤੇ ਚਲੋ ਫਿਰ ਮਿਲਦੇ ਹਾਂ ਆਪਾਂ ਗੱਡੀ 'ਚ ਜਾ ਕੇ। ਮੈਨੂੰ ਨਹੀਂ ਪਤਾ ਬਟ ਕੀ ਪਲੈਨ ਆ, ਅਤੇ ਆ ਵੀ ਰੈਡੀ ਆ ਮੇਰੀ ਸਿਸਟਰ, ਇੱਕ ਹੋਰ ਆ, ਅੱਗੇ ਅਸੀਂ ਦੋ ਹੁੰਦੇ ਹਾਂ, ਅੱਜ ਅਸੀਂ 3 ਇਡੀਅਟਸ ਇਕੱਠੇ ਹੋਏ ਹਾਂ। ਅਤੇ ਜਾਣਾ ਸੀ ਅਸੀਂ ਕਿੰਨੇ ਵਜੇ, 5 ਵਜੇ ਦਾ ਪਲੈਨ ਸੀ, ਹੋ ਗਏ ਟਾਈਮ 7:15। ਚਲੋ ਟਾਈਮ 7:15 ਵਧੀਆ ਹੁੰਦੇ ਆ, ਠੀਕ ਹੈ। ਚਲੋ ਫਿਰ ਮਿਲਦੇ ਹਾਂ ਹੁਣ ਗੱਡੀ 'ਚ ਜਾ ਕੇ। ਓਕੇ ਚਲੋ ਅਸੀਂ ਹੁਣ ਚੱਲਦੇ ਹਾਂ, ਠੀਕ ਹੈ। ਹੋ ਗਏ ਰੈਡੀ, ਧੁੰਦ ਬਹੁਤ ਆ, ਅਤੇ ਇੱਧਰ ਦੇਖੋ ਆਹ ਸਾਰੀ ਧੁੰਦ, ਦੇਖੋ ਕਿੰਨੀ ਆ, ਕੁਝ ਦਿਖ ਨਹੀਂ ਰਿਹਾ। ਅਤੇ ਹੁਣ ਆਪਾਂ ਗੱਡੀ 'ਚ ਮਿਲਾਂਗੇ, ਗੱਲਾਂ ਬਾਤਾਂ ਕਰਦੇ ਜੇ ਮੌਸਮ ਸਾਫ਼ ਹੋਇਆ, ਠੀਕ ਹੈ। ਮੌਸਮ ਬਹੁਤ ਖਰਾਬ ਆ, ਚਲੋ ਫਿਰ। ਪਹਿਲਾਂ ਜਮ੍ਹਾਂ ਨਹੀਂ ਸੀਗੀ, ਜਦੋਂ ਅਸੀਂ 4:30 ਵਜੇ ਉੱਠੇ ਸੀਗੇ, ਜਦੋਂ ਮੈਂ ਚਾਹ ਬਣਾਉਣ ਆਈ ਹਾਂ, ਜਮ੍ਹਾਂ ਧੁੰਦ ਨਹੀਂ ਸੀਗੀ, ਅਤੇ ਹੁਣ ਬਹੁਤ ਜ਼ਿਆਦਾ ਧੁੰਦ ਪੈ ਗਈ ਆ ਇੱਕਦਮ। ਆ ਗਿਆ ਮੇਨ ਰੋਡ 'ਤੇ, ਬਹੁਤ ਜ਼ਿਆਦਾ ਧੁੰਦ ਆ। ਅਸੀਂ ਜਾ ਰਹੇ ਹਾਂ, ਆਪਾਂ ਦਰਾਹੇ ਤੋਂ ਕਿੱਧਰ ਨੂੰ ਜਾ ਰਹੇ ਹਾਂ, ਰਾਏਕੋਟ ਵੱਲ, ਦਰਾਹੇ ਤੋਂ ਰਾਏਕੋਟ ਵਾਲੇ ਰੋਡ 'ਤੇ ਜਾ ਰਹੇ ਹਾਂ, ਬਹੁਤ ਧੁੰਦ। ਰਾਏਕੋਟ, ਐਂਡ ਹੁਣ ਧੁੰਦ ਕਾਫੀ ਘੱਟ ਗਈ ਆ, ਐਂਡ ਟਾਈਮ ਹੋ ਚੁੱਕਿਆ 9:00 ਸੀ, 7:15 ਘਰੋਂ ਨਿਕਲੇ ਸੀਗੇ, ਰਾਹ ਦੇ ਵਿੱਚ ਆਪਣੇ ਬਹੁਤ ਜ਼ਿਆਦਾ ਧੁੰਦ ਸੀ, ਕਿਤੇ ਕਿਤੇ ਨਹੀਂ ਸੀਗੀ ਮਤਲਬ, ਬਟ ਕਈ ਜਗ੍ਹਾ 'ਤੇ ਬਹੁਤ ਜ਼ਿਆਦਾ ਸੀਗੀ, ਨਿਕਲਣ ਦੇ ਵਿੱਚ ਮੁਸ਼ਕਲ ਜ਼ਰੂਰ ਆਈ, ਬਟ ਸਟਿਲ ਹੁਣ ਠੀਕ ਆ ਮੌਸਮ, ਅਤੇ ਧੁੱਪ ਤਾਂ ਨਹੀਂ ਹੈਗੀ ਬਟ ਧੁੰਦ ਕਲੀਅਰ ਹੋ ਚੁੱਕੀ ਆ, ਵਧੀਆ ਲੱਗਦਾ ਹੁਣ ਡਰਾਈਵ ਕਰਨ ਦੇ ਵਿੱਚ ਵੀ, ਆਸਾਨੀਆਂ ਨਹੀਂ, ਪਹਿਲਾਂ ਬਹੁਤ ਜ਼ਿਆਦਾ ਔਖਾ ਲੱਗਿਆ ਸੀਗਾ। ਬਾਕੀ ਇੱਧਰ ਨੇ ਸਾਰੇ ਡਰਾਈਵ ਕਰ ਰਹੇ ਹੈ ਹਮਾਰੇ ਪਤੀ ਪਰਮੇਸ਼ਵਰ ਜੀ, ਥੋੜ੍ਹੀ ਥੋੜ੍ਹੀ ਹੈਗੀ ਆ ਧੁੰਦ, ਫੌਗ ਕਿਤੇ ਕਿਤੇ ਹੈਗੀ ਆ, ਬਟ ਕਿਤੇ ਬਹੁਤ ਜ਼ਿਆਦਾ ਵਾ, ਕਿਤੇ ਬਹੁਤ ਘੱਟ ਆ, ਮਤਲਬ ਠੀਕ ਹੈ, ਵਿਜੀਬਿਲਟੀ ਹੈਗੀ ਆ ਕਾਫੀ ਦੂਰ ਤੱਕ। ਚਲੋ ਫਿਰ ਚੱਲਦੇ ਹਾਂ। ਟਾਈਮ ਹੋ ਗਿਆ 9:30 ਹੋਣ ਵਾਲੇ ਆ, ਅਤੇ ਧੁੰਦ ਹਾਲੇ ਵੀ ਉੱਨੀ ਹੋਈ ਆ, ਕੋਈ ਘੱਟੀ ਨਹੀਂ ਹੈਗੀ, ਐਂਡ ਹੁਣ ਅਸੀਂ ਬਸ ਚੱਲ ਰਹੇ ਹਾਂ, ਜਾ ਰਹੇ ਹਾਂ, ਹੁਣ ਮੈਨੂੰ ਪਤਾ ਤਾਂ ਹੈ ਨਹੀਂ ਵੀ ਅਸੀਂ ਕਿੱਥੇ ਜਾ ਰਹੇ ਹਾਂ, ਕਿਉਂਕਿ ਇਹਨਾਂ ਨੇ ਮੈਨੂੰ ਦੱਸਿਆ ਕੋਈ ਨਹੀਂ ਹੈਗਾ, ਕਹਿੰਦੇ ਸਰਪ੍ਰਾਈਜ਼ ਆ। ਬਾਕੀ ਹੁਣ ਦੇਖੋ ਵੀ ਕਿੱਥੇ ਜਾਣਾ ਵਾ, ਕੀ ਕਰਨਾ ਇਹਨਾਂ। ਅਸੀਂ ਆ ਗਏ ਨਿਊ ਸ਼ੇਰੇ ਪੰਜਾਬ ਢਾਬੇ ਦੇ ਉੱਤੇ, ਅਸੀਂ ਸੋਚਿਆ ਵੀ ਹੁਣ ਰੋਟੀ ਰਾਟੀ ਖਾ ਲਈਏ, ਜਿਹੜੇ ਪਰੌਂਠੇ ਬਣਾ ਕੇ ਲੈ ਕੇ ਆਏ ਸੀ ਨਾਲ, ਚਾਹ ਪਾਣੀ ਪੀ ਲਈਏ, ਹੈ ਨਾ। ਦੱਸੋ ਸਰਦਾਰ ਜੀ, ਤੁਸੀਂ ਡਰਾਈਵਿੰਗ ਕਰਦੇ ਬੋਰ ਹੋਗੇ? ਹਾਂਜੀ, ਨਹੀਂ ਬੋਰ ਨਹੀਂ ਹੋਏ, ਚਲੀਏ ਆਪਾਂ। ਹਾਂਜੀ ਹਾਂਜੀ, ਬਹੁਤ ਸਫ਼ਰ ਆ, 10 ਵਜੇ। ਓਕੇ, ਸੋ ਆਹ ਦੇ ਢਾਬਾ ਵਾ, ਚਲੋ ਆਪਾਂ ਦੇਖਦੇ ਹਾਂ ਬਾਹਰ ਜਾ ਕੇ, ਅਤੇ ਅਸੀਂ 10 ਵੱਜ ਗਏ ਨੇ, ਲੇਟ ਨਾ ਹੋ ਜਾਈਏ, ਤਾਂ ਕਰਕੇ ਅਸੀਂ ਕਿਤੇ ਖੜ੍ਹਨਾ ਨਹੀਂ ਗਾ,
ਬਸ ਇੱਥੇ ਹੀ ਕੱਟਿਆ ਆ ਦੇਖੋ ਆਹ ਢਾਬਾ ਵਾ ਹਾਈਵੇ ਸੋ ਨਾਲੇ ਅਸੀਂ ਸੋਚਿਆ ਵੀ ਚੱਲ ਥੋੜ੍ਹਾ ਜਿਹਾ ਰਿਲੈਕਸ ਹੋ ਜੂ ਰਹੇ ਰੈਡੀ ਨੇ ਇਹ ਅਸੀਂ ਘਰੋਂ ਬਣਾ ਕੇ ਲੈ ਕੇ ਆਏ ਸੀਗੇ ਵੈਸੇ ਵਧੀਆ ਰਹਿੰਦਾ ਆਪਣੇ ਘਰੋਂ ਹਾਈਜੀਨਿਕ ਅਤੇ ਪਰੌਂਠਿਆਂ ਦੇ ਨਾਲ ਦਹੀਂ ਮੰਗਾ ਲਿਆ ਆਪਾਂ ਚਾਹ ਮੰਗਾ ਲਈ ਕੌਫੀ ਮਿਲੂਗੀ ਕੌਫੀ ਸਬਜ਼ੀ ਲੈ ਲਓ ਸਬਜ਼ੀ ਸਬਜ਼ੀ ਵੀ ਪਾ ਕੇ ਲੈ ਕੇ ਆਈ ਹਾਂ ਮੈਂ ਪਾਣੀ ਪੀ ਲਿਆ ਹੁਣ ਅਸੀਂ ਚੱਲਦੇ ਹਾਂ ਫੇਰ ਓਕੇ ਰੋਟੀ ਪਾਣੀ ਖਾ ਲਿਆ ਬਹੁਤ ਔਖਾ ਲੱਗ ਰਿਹਾ ਸੀ ਬਿਨਾਂ ਰੋਟੀ ਤੋਂ ਸਵੇਰ ਦੇ ਉੱਠੇ ਹੋਏ ਸਵਾ ਚਾਰ ਵਜੇ ਦੇ ਅਤੇ ਚੱਲਦੇ ਹਾਂ ਸਫ਼ਰ 'ਤੇ ਹਲੇ ਪਤਾ ਨਹੀਂ ਕਿੱਥੇ ਜਾਣਾ ਵਾ ਚੱਲਦੇ ਹਾਂ ਓਕੇ ਬਠਿੰਡਾ ਫਾਜ਼ਿਲਕਾ ਅੰਮ੍ਰਿਤਸਰ ਬਠਿੰਡਾ ਏਰੀਆ ਬਹੁਤ ਘੈਂਟ ਆ ਬਹੁਤ ਘੈਂਟ ਆ ਬਹੁਤ ਸੋਹਣਾ ਮਤਲਬ ਡਿਵੈਲਪਮੈਂਟ ਬਹੁਤ ਜ਼ਿਆਦਾ ਵਾ ਜਿਵੇਂ ਕਹਿੰਦੇ ਸੀ ਨਾ ਕਿ ਇੱਧਰ ਡਿਵੈਲਪਮੈਂਟ ਨਹੀਂ ਮੈਨੂੰ ਲੱਗਦਾ ਲੁਧਿਆਣੇ ਵਾਲੀ ਸਾਈਡ ਨਾਲੋਂ ਇੱਧਰ ਜ਼ਿਆਦਾ ਡਿਵੈਲਪਮੈਂਟ ਆ ਬਹੁਤ ਜ਼ਿਆਦਾ ਰੋਡਸ ਕਲੀਅਰ ਨੇਗੀਆਂ ਬਹੁਤ ਖੁੱਲ੍ਹਾ ਏਰੀਆ ਵਾਈਡ ਨੇਗੀਆਂ ਰੋਡਸ ਬਹੁਤ ਐਂਡ ਬਹੁਤ ਗੁੱਡ ਆ ਇਨਵਾਇਰਮੈਂਟ ਵੀ ਬਹੁਤ ਵਧੀਆ ਵਾ ਹਾਲੇ ਮੈਨੂੰ ਇੱਦਾਂ ਨਹੀਂ ਪਤਾ ਸੀ ਜਾਣਾ ਕਿੱਥੇ ਆ ਪਰ ਇਹਨਾਂ ਨੇ ਮੈਨੂੰ ਦੱਸਿਆ ਨੀਗਾ ਅੰਮ੍ਰਿਤਸਰ ਜਾਣਾ ਆਪਾਂ ਓਕੇ ਇੱਧਰ ਜਿਵੇਂ ਪੈ ਜਾਂਦਾ ਫਿਰ ਅਸੀਂ ਪਹੁੰਚ ਗਏ ਹੁਣ ਰਾਜਸਥਾਨ ਦੀ ਹੱਦ 'ਤੇ ਮਤਲਬ ਰਾਜਸਥਾਨ 'ਚ ਐਂਟਰੀ ਹੋ ਗਈ ਆ ਸੋ ਮੇ ਬੀ ਅਸੀਂ ਰਾਜਸਥਾਨ ਹੀ ਜਾਣਾ ਹੋਵੇ ਮੈਨੂੰ ਤਾਂ ਪਤਾ ਨੀਗਾ ਕਿੱਥੇ ਜਾਣਾ ਫਿਰ ਆਪਾਂ ਦੱਸੋਗੇ ਤੁਸੀਂ ਚਲੋ ਆਪਾਂ ਦੇਖਦੇ ਹਾਂ ਹੁਣ ਆਪਾਂ ਕਿੱਥੇ ਜਾਣਾ ਵਾ ਮੇ ਬੀ ਰਾਜਸਥਾਨ ਜਾਣਾ ਹੋਵੇ ਅਤੇ ਰਾਜਸਥਾਨ ਹੋ ਗਈ ਐਂਟਰੀ ਅਤੇ ਬਹੁਤ ਸੋਹਣਾ ਇੱਧਰ ਵਿਊ ਬਹੁਤ ਵਧੀਆ ਵਾ ਮਤਲਬ ਇੱਧਰ ਜ਼ਿਆਦਾ ਨਾ ਜਿਵੇਂ ਜੰਗਲੀ ਏਰੀਆ ਲੱਗਦਾ ਵਾ ਮੋਸਟਲੀ ਅਤੇ ਬਾਕੀ ਇੱਥੇ ਪਹਾੜ ਜਿਹੇ ਨੇਗੇ ਟਿੱਬਿਆਂ ਜਿਹੇ ਆਂਗੂ ਅਤੇ ਦੇਖਣ ਦੇ ਅਸੀਂ ਪਹਿਲਾਂ ਵੀ ਆਏ ਹਾਂ ਵਿਆਹ ਤੋਂ ਬਾਅਦ ਆਏ ਸੀ ਜੈਪੁਰ ਅਤੇ ਉਸ ਤੋਂ ਬਾਅਦ ਹੁਣ ਆਏ ਹੈਗੇ ਰਾਜਸਥਾਨ ਕਿਉਂਕਿ ਪਹਿਲਾਂ ਵੀ ਸਾਡਾ ਮਨ ਸੀਗਾ ਵੀ ਅਸੀਂ ਆਵਾਂਗੇ ਰਾਜਸਥਾਨ ਜਿਵੇਂ ਜੈਸਲਮੇਰ ਇਹਨਾਂ ਨੂੰ ਬਹੁਤ ਪਸੰਦ ਆ ਰੇਤੇ ਦੇ ਉੱਤੇ ਕਹਿੰਦੇ ਮੈਨੂੰ ਮਤਲਬ ਜਾਣਾ ਬਹੁਤ ਪਸੰਦ ਆ ਇਸ ਲਈ ਅਸੀਂ ਪਹਿਲਾਂ ਸਾਡੇ ਕੋਲ ਟਾਈਮ ਨਹੀਂ ਸੀ ਇੰਨਾ ਬਿਕੋਜ਼ ਮੈਂ ਕਾਲਜ ਪੜ੍ਹਾਉਣ ਕਰਕੇ ਮੇਰੇ ਕੋਲ ਟਾਈਮ ਨਹੀਂ ਸੀਗਾ ਉਦੋਂ ਵੀ ਅਸੀਂ ਥੋੜ੍ਹੇ ਦਿਨ ਰਹਿ ਕੇ ਗਏ ਸੀਗੇ ਸੋ ਉਦੋਂ ਅਸੀਂ ਸੋਚਿਆ ਸੀ ਬਟ ਅਸੀਂ ਆਏ ਨਹੀਂ ਸੀਗੇ ਜੈਸਲਮੇਰ ਹੁਣ ਸ਼ਾਇਦ ਮੇ ਬੀ ਜੈਸਲਮੇਰ ਜਾ ਸਕਦੇ ਹਾਂ ਪਤਾ ਨਹੀਂ ਹੁਣ ਕੁਛ ਇਹ ਕਿੱਥੇ ਲੈ ਕੇ ਜਾਣਗੇ ਸਰਦਾਰ ਜੀ ਕਿੱਥੇ ਲੈ ਕੇ ਜਾਊਂਗੇ ਵੀ ਓਕੇ ਸਰਪ੍ਰਾਈਜ਼ ਜਸਟ ਵੇਟ ਓਕੇ ਸਰਪ੍ਰਾਈਜ਼ ਹੀ ਆ ਹਲੇ ਕੁਛ ਨਹੀਂ ਪਤਾ ਵੀ ਕਿੱਥੇ ਜਾਣਾ ਆਪਾਂ ਆਪਣੀ ਡੈਸਟੀਨੇਸ਼ਨ 'ਤੇ ਅਤੇ ਬਹੁਤ ਸੋਹਣਾ ਹੋਟਲ ਹੈ ਹੋਟਲ ਡੈਜ਼ਰਟ ਵਿੰਡਸ ਆ ਬਹੁਤ ਸੋਹਣਾ ਹੋਟਲ ਆ ਐਂਡ ਆਪਾਂ ਦੇਖਾਂਗੇ ਵਿਊ ਬਹੁਤ ਸੋਹਣਾ ਆ ਰਿਹਾ ਪਿੱਛੋਂ ਵੀ ਅਤੇ ਬਹੁਤ ਜ਼ਿਆਦਾ ਖੁਸ਼ ਆ ਮੈਂ ਬਹੁਤ ਸੋਹਣਾ ਸਰਪ੍ਰਾਈਜ਼ ਆ ਮੇਰੇ ਲਈ ਦੇਖਦੇ ਹਾਂ ਕੀ ਹੈ ਬਹੁਤ ਸੋਹਣਾ ਹੋਟਲ ਆ ਬੀਕਾਨੇਰ ਸੋ ਅਸੀਂ ਫਾਈਨਲੀ ਪਹੁੰਚ ਗਏ ਹਾਂ ਬੀਕਾਨੇਰ ਇਹ ਹੈਗਾ ਰੂਮ ਜਿਹੜਾ ਅਸੀਂ ਲਿਆ ਵਾ ਸੋ ਬਹੁਤ ਸੋਹਣਾ ਰੂਮ ਆ ਅਤੇ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਆਈ ਥਿੰਕ ਇੱਥੋਂ ਵਿਊ ਵੀ ਦਿਖਦਾ ਹੁਣ ਯੈਸ ਇੱਥੋਂ ਨਾ ਦਿਖਦਾ ਬਾਹਰ ਦਾ ਵਿਊ ਜਿਵੇਂ ਰੋਡ ਦੇ ਉੱਤੇ ਬਹੁਤ ਸੋਹਣਾ ਵਿਊ ਆ ਆਪਾਂ ਖੋਲ੍ਹ ਵੀ ਸਕਦੇ ਹਾਂ ਇਹਨੂੰ ਬਾਅਦ 'ਚ ਖੋਲ੍ਹਾਂਗੇ ਚਲੋ ਤੁਸੀਂ ਇੰਨਾ ਕੁ ਦੇਖ ਲਓ ਬਹੁਤ ਸੋਹਣਾ ਰੂਮ ਆ ਸੋ ਆਹ ਹੈਗੀ ਆ ਬਾਹਰਲੀ ਲੋਕੇਸ਼ਨ ਸਾਡੇ ਰੂਮ ਤੋਂ ਆਹ ਹੈਗਾ ਇੱਥੋਂ ਬਾਹਰ ਆਹ ਹੈਗੀਆਂ ਨੇ ਚੇਅਰਸ ਵਿਦ ਟੇਬਲ ਇਫ ਯੂ ਵਾਂਟ ਟੂ ਈਟ ਸਮਥਿੰਗ ਐਟ ਨਾਈਟ ਤੁਸੀਂ ਇੱਥੇ ਕੁਛ ਖਾ ਸਕਦੇ ਹੋ ਐਂਡ ਇੰਜੋਏ ਕਰ ਸਕਦੇ ਹੋ ਸੜਕ ਦੀ ਮੂਵਮੈਂਟ ਰੋਡ ਦੀ ਰਾਤ ਨੂੰ ਵਧੀਆ ਜਗ੍ਹਾ ਵਾ ਇਸ ਤੋਂ ਇਲਾਵਾ ਆਹ ਜਗ੍ਹਾ ਵੀ ਬਹੁਤ ਸੋਹਣੀ ਆ ਇਟ ਲੁੱਕਸ ਵੈਰੀ ਰਿਚ ਐਂਡ ਰੋਇਲ ਸੋ ਇਫ ਯੂ ਵਾਂਟ ਟੂ ਈਟ ਐਨੀਥਿੰਗ ਐਟ ਨਾਈਟ ਯੂ ਆਲਸੋ ਸਿਟ ਦੇਅਰ ਬਹੁਤ ਸੋਹਣੀ ਜਗ੍ਹਾ ਵਾ ਬਹੁਤ ਵਧੀਆ ਜਗ੍ਹਾ ਲੱਗੀ ਮੈਨੂੰ ਆਈ ਐਮ ਸੋ ਗਲੈਡ ਟੂ ਸੀ ਦਿਸ ਹੋ
ਹੋ ਚੁੱਕਿਆ 5:15 ਅਸੀਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ 'ਤੇ ਅਤੇ ਬਹੁਤ ਸੋਹਣਾ ਰੂਮ ਆ ਮੈਂ ਤੁਹਾਨੂੰ ਲੋਕੇਸ਼ਨ ਪਹਿਲਾਂ ਦਿਖਾ ਤੀ ਐਂਡ ਸਾਰੀਆਂ ਫੈਸਿਲਿਟੀਜ਼ ਇਜ਼ A1 ਐਂਡ ਬਹੁਤ ਸੋਹਣਾ ਹੋਟਲ ਆ ਹੋਟਲ ਡੈਜ਼ਰਟ ਵਿੰਡਸ ਇਫ ਯੂ ਆਰ ਟਰੈਵਲਿੰਗ ਇਨ ਬੀਕਾਨੇਰ ਤਾਂ ਇਹ ਹੋਟਲ ਦੇ ਵਿੱਚ ਜ਼ਰੂਰ ਆਓ ਤੁਸੀਂ ਬਹੁਤ ਪਿਆਰਾ ਹੋਟਲ ਆ ਬਾਕੀ ਤੁਹਾਨੂੰ ਓਵਰਵਿਊ ਆ ਮੈਂ ਤੁਹਾਨੂੰ ਬਾਅਦ 'ਚ ਦੱਸੂੰਗੀ ਅਤੇ ਬਟ ਹੁਣ ਆਪਾਂ ਕਰਦੇ ਹਾਂ ਇੰਜੋਏ ਐਂਡ ਦੇ ਹੁਣ ਅਸੀਂ ਆਪਣੇ ਹੋਟਲ ਰੂਮ ਦੇ ਵਿੱਚੋਂ ਆ ਗਏ ਹਾਂ ਬਾਹਰ ਸੋ ਅਸੀਂ ਪਹੁੰਚ ਗਏ ਹਾਂ ਆਪਣਾ ਇੱਕ ਪਲੇਸ ਬਣਿਆ ਹੋਇਆ ਦੇਖਣ ਲਈ ਸੁਰਸਾਗਰ ਲੇਕ ਹੁਣ ਉੱਥੇ ਦੇਖਦੇ ਹਾਂ ਹੁਣ ਟਾਈਮ ਹੋ ਚੁੱਕਿਆ 6:30 ਬਹੁਤ ਰੌਣਕ ਆ ਬੀਕਾਨੇਰ 'ਚ ਬਹੁਤ ਮਜ਼ਾ ਆ ਰਿਹਾ ਸੱਚੀ ਔਸਮ ਵਿਊ ਆ ਜੀ ਜਿਹੜਾ ਜਦੋਂ ਵੀ ਤੁਸੀਂ ਕਦੇ ਆਓ ਨਾ ਰਾਜਸਥਾਨ ਬੀਕਾਨੇਰ ਜ਼ਰੂਰ ਆਓ ਬਹੁਤ ਸੋਹਣਾ ਪਲੇਸ ਆ ਐਂਡ ਆਈ ਲਵ ਦਿਸ ਪਲੇਸ ਬਹੁਤ ਪੀਸਫੁੱਲ ਆ ਐਂਡ ਬਹੁਤ ਹੀ ਰੋਇਲ ਪਲੇਸ ਆ ਠੀਕ ਹੈ ਬਹੁਤ ਸੋਹਣਾ ਦੇਖੋ ਲੋਕੇਸ਼ਨ ਆਹ ਦੇਖੋ ਰਾਤ ਨੂੰ ਕਿੰਨੀ ਸੋਹਣੀ ਰੌਣਕ ਆ ਬਹੁਤ ਸੋਹਣੀ ਲੇਕ ਆ ਪਰ ਇੱਥੇ ਰੌਣਕ ਨਹੀਂ ਹੈਗੀ ਡਿਊ ਟੂ ਕਰੋਨਾ ਕਿਉਂਕਿ ਰੌਣਕ ਘੱਟ ਆ ਪਰ ਫਿਰ ਵੀ ਮਜ਼ਾ ਆ ਰਿਹਾ ਬਹੁਤ ਠੰਡੀ ਠੰਡੀ ਹਵਾ ਲੱਗ ਰਹੀ ਆ ਆਈ ਲਵ ਦਿਸ ਪਲੇਸ ਆਹ ਮੰਦਰ ਬਣਿਆ ਹੋਇਆ ਕੋਲ ਹੀ ਐਂਡ ਆਹ ਦੇਖੋ ਕਿੰਨਾ ਸੋਹਣੀ ਜਗ੍ਹਾ ਬਣੀ ਹੋਈ ਆ ਮਾਈ ਹਸਬੈਂਡ ਹਾਓ ਹਾਓ ਇਜ਼ ਯੂਅਰ ਫੀਲਿੰਗ ਯੂ ਆਰ ਫੀਲਿੰਗ ਗੁੱਡ ਥੈਂਕ ਯੂ ਸੋ ਮੱਚ ਫੋਰ ਦਿਸ ਲਵਲੀ ਸਰਪ੍ਰਾਈਜ਼ ਥੈਂਕ ਯੂ ਸੋ ਮੱਚ ਫੋਰ ਦਿਸ ਲਵਲੀ ਸਰਪ੍ਰਾਈਜ਼ ਆਈ ਲਵ ਦਿਸ ਪਲੇਸ ਓਕੇ ਥੈਂਕ ਯੂ ਬਹੁਤ ਸੋਹਣਾ ਮੈਨੂੰ ਬਹੁਤ ਮਜ਼ਾ ਆ ਰਿਹਾ ਵਾ ਅਸੀਂ ਪਹੁੰਚ ਗਏ ਹਾਂ ਸਕਾਈ ਵਾਈਟਸ ਰੂਫ ਟੋਪ ਰੈਸਟੋਰੈਂਟ ਰੂਫ ਟੋਪ ਜਿਹੜਾ ਮੈਨੂੰ ਸਭ ਤੋਂ ਵਧੀਆ ਲੱਗਿਆ ਐਂਡ ਦਿਸ ਇਜ਼ ਹੋਟਲ ਰੈਸਟੋਰੈਂਟ ਬਹੁਤ ਸੋਹਣਾ ਵਾ ਫਾਈਨਲੀ ਅਸੀਂ ਆਪਣੀ ਲੋਕੇਸ਼ਨ 'ਤੇ ਆ ਚੁੱਕੇ ਹਾਂ ਦੇਖਦੇ ਹਾਂ ਨੈਕਸਟ ਅਸੀਂ ਕੀ ਕਰਨਾ ਵਾ ਡਨ ਸਟਾਰਟ ਦਿਸ ਇਜ਼ ਅਮੇਜ਼ਿੰਗ ਅਮੇਜ਼ਿੰਗ ਐਂਡ ਅਮੇਜ਼ਿੰਗ ਦੇਖਦੇ ਹਾਂ ਨੈਕਸਟ ਹੁਣ ਕੀ ਕਰਨਾ ਵਾ ਬਟ ਲੋਕੇਸ਼ਨ ਇਜ਼ ਸੋ ਗੁੱਡ ਹਾਈ ਹਾਓ ਮੱਚ ਯੂਅਰ ਫੀਲਿੰਗ ਬਹੁਤ ਗੁੱਡ ਗੁੱਡ ਰੂਫ ਦੇ ਉੱਤੇ ਠੰਡੀ ਠੰਡੀ ਹਵਾ ਆ ਰਹੀ ਹੈ ਸੀਰੀਅਸਲੀ ਇਟ ਟੂ ਗੁੱਡ Chinese sizzler and it is the combination of rice, mayonnaise, manchurians and paneer. Dinner karan lage ha rooftop de utte roof te matlab baith ke ਬਹੁਤ ਵਧੀਆ ਠੰਡੀ ਠੰਡੀ ਹਵਾ ਚੱਲ ਰਹੀ ਹੈ ਠੰਡ ਵੀ ਲੱਗ ਰਹੀ ਆ ਖਾਣਾ ਬਹੁਤ ਟੇਸਟੀ ਹੈ ਇਹਨਾਂ ਦਾ ਬਹੁਤ ਜ਼ਿਆਦਾ ਔਸਮ ਆ ਖਾਣਾ ਐਂਡ ਵਿਊ ਤਾਂ ਬਹੁਤ ਹੀ ਘੈਂਟ ਆ ਬਹੁਤ ਸੋਹਣਾ ਵਿਊ ਆ ਤੁਸੀਂ ਵੀ ਜੇ ਬੀਕਾਨੇਰ ਆਓਗੇ ਤਾਂ ਇੱਥੇ ਜ਼ਰੂਰ ਆਇਓ ਸਕਾਈ ਬਾਈਟ ਕਿੱਦਾਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਮਿਸਟਰ ਬੈਨੀਪਾਲ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਆਈ ਲਵ ਦਿਸ ਹਾਲੇ ਤਾਂ ਕਹਿੰਦੇ ਹੋਰ ਸਰਪ੍ਰਾਈਜ਼ ਆ ਤੇਰੇ ਲਈ ਮੈਂ ਕਿਹਾ ਅੱਛਾ ਹੈਗਾ ਵਾ ਘੈਂਟ ਹੋ ਅੱਜ ਓਕੇ ਐਂਡ ਇੰਸਟਾਗ੍ਰਾਮ ਦਾ ਲਿੰਕ ਆ ਜਿਹੜਾ ਮੈਂ ਡਿਸਕ੍ਰਿਪਸ਼ਨ 'ਚ ਐਡ ਕਰ ਦੂੰਗੀ ਤੁਸੀਂ ਉੱਥੇ ਜਾ ਕੇ ਸਾਨੂੰ ਫੋਲੋ ਕਰਿਓ ਘਰ ਨੂੰ ਸੋ ਮਿਲਦੇ ਹਾਂ ਫਿਰ ਹੋਟਲ ਰੂਮ ਦੇ ਵਿੱਚ ਜਾ ਕੇ ਅਤੇ ਹਾਲੇ ਮਿਸਟਰ ਬੈਨੀਪਾਲ ਦੇ ਲਈ ਇੱਕ ਹੋਰ ਸਰਪ੍ਰਾਈਜ਼ ਆ ਸੋ ਬਹੁਤ ਵਧੀਆ ਰੈਸਟੋਰੈਂਟ ਸੀਗਾ ਸਕਾਈ ਵਾਈਟ ਰੂਫ ਟੋਪ ਰੈਸਟੋਰੈਂਟ ਬਹੁਤ ਘੈਂਟ ਸੀਗਾ ਅਸੀਂ ਔਨਲਾਈਨ ਦੇਖਿਆ ਸੀਗਾ ਪਹਿਲਾਂ ਸਾਨੂੰ ਲੱਗਿਆ ਸੀ ਨਹੀਂ ਠੀਕ ਠਾਕ ਜਿਹਾ ਬਟ ਇੱਥੇ ਆ ਕੇ ਫੂਡ A1 ਐਂਡ ਡਿਲੀਸ਼ੀਅਸ ਸੀਗਾ ਐਂਡ ਪ੍ਰਾਈਜ਼ ਰੀਜ਼ਨੇਬਲ ਸੀਗੀ ਸੋ ਚੱਲਦੇ ਹਾਂ ਫਿਰ ਆਪਾਂ ਹੁਣ ਮਿਲਦੇ ਹਾਂ ਘਰੇ ਜਾ ਕੇ ਠੀਕ ਹੈ ਘਰੇ ਜਾ ਕੇ ਸੋਰੀ ਹੋਟਲ ਰੂਮ ਦੇ ਵਿੱਚ ਘਰੇ ਯਾਦ ਆਉਂਦਾ ਕਿਉਂਕਿ ਘਰੇ ਜਾਂਦੇ ਹੁੰਦੇ ਹਾਂ ਹੁਣ ਆਪਾਂ ਮਿਲਦੇ ਹਾਂ ਹੋਟਲ ਰੂਮ ਦੇ ਵਿੱਚ ਜਾ ਕੇ ਐਂਡ ਕਰਦੇ ਹਾਂ ਫਿਰ ਗੱਲਾਂ ਬਾਤਾਂ ਐਂਡ ਕਰਦੇ ਹਾਂ ਵੀਡੀਓ ਦਾ ਐਂਡ ਅਸੀਂ ਪਹੁੰਚ ਗਏ ਆਪਣੇ ਹੋਟਲ ਰੂਮ ਦੇ ਵਿੱਚ ਅਤੇ
ਰੂਮ ਸਵੇਰੇ ਦਿਖਾਵਾਂਗੇ। ਵੈਸੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾ ਵੀ ਦਿੱਤਾ ਸੀਗਾ, ਬਟ ਸਵੇਰੇ ਦਿਖਾਵਾਂਗੇ। ਬਾਕੀ ਵਿਊ ਵੀ ਬਾਹਰ ਬਹੁਤ ਸੋਹਣਾ, ਉਹ ਵੀ ਦਿਖਾਵਾਂਗੇ ਸਵੇਰੇ ਜਦੋਂ ਸਨ ਰਾਈਜ਼ ਹੋਊਗਾ ਉਦੋਂ। ਐਂਡ ਹੁਣ ਮੈਂ ਇਹਨਾਂ ਨੂੰ ਗਿਫਟ ਦੇਣਾ ਸੀਗਾ ਤਾਂ ਮੈਂ ਵੀਡੀਓ ਬਣਾਈ ਸੀ, ਅਤੇ ਹੁਣ ਟਾਈਮ ਹੋ ਚੁੱਕਿਆ ਵਾ 9:30 ਹੋ ਗਏ, ਬਿਕੋਜ਼ ਇੱਥੇ 8:00 ਲੋਕਡਾਊਨ ਹੋ ਜਾਂਦਾ ਤਾਂ ਕਰਕੇ ਰੌਣਕ ਘੱਟ ਸੀਗੀ। ਮੈਂ ਹੁਣ ਇਹਨਾਂ ਨੂੰ ਗਿਫਟ ਦੇਣਾ ਇਹਨਾਂ ਦਾ ਆਲਾ। ਆਹ ਹੁਣ ਇਹਨਾਂ ਦਾ ਸੈਕਿੰਡ ਗਿਫਟ ਆ, ਸੈਕਿੰਡ ਸਰਪ੍ਰਾਈਜ਼ਿੰਗ ਗਿਫਟ। ਅੱਜ ਸਾਡੀ ਰਿਸੈਪਸ਼ਨ ਵੀਡੀਓ ਸੋਰੀ ਰਿਸੈਪਸ਼ਨ ਸੀਗੀ, ਸੋ ਇੱਦਾਂ ਦਾ ਸੈਕਿੰਡ ਰਿਸੈਪਸ਼ਨ ਵਾਲਾ ਗਿਫਟ ਆ ਰਿਹਾ। ਬਹੁਤ ਮਜ਼ਾ ਆਇਆ ਸਾਨੂੰ ਰੂਫਟੌਪ ਦੇ ਉੱਤੇ, ਇਹ ਗਿਫਟ ਮਿਲ ਗਿਆ। ਕਿਵੇਂ ਲੱਗ ਰਿਹਾ ਤੁਹਾਨੂੰ ਗਿਫਟ ਲੈ ਕੇ? ਬਹੁਤ ਫੀਲ ਗੁੱਡ। ਮੇਰਾ ਸਰਪ੍ਰਾਈਜ਼ ਤਾਂ ਬਹੁਤ ਵਧੀਆ, ਤੁਸੀਂ ਆਪਣਾ ਖੋਲ ਕੇ ਦੇਖ ਲਓ ਕਿੱਦਾਂ ਲੱਗਦਾ। ਉਹਨਾਂ ਗੈਸ ਸਹੀ ਨਹੀਂ ਸੀਗਾ, ਹੁਣ ਦੇਖੋ ਖੋਲ ਕੇ ਤੁਹਾਨੂੰ ਖੁਸ਼ੀ ਮਿਲੂਗੀ, ਪਤਾ ਨਹੀਂ ਕੀ ਮਿਲੂਗੀ, ਬਟ ਖੋਲ ਕੇ ਦੇਖੋ। ਸਾਰਾ ਬੀਕਾਨੇਰ ਜਿਹੜਾ ਹਲੇ ਨਹੀਂ ਦਿਖਾਇਆ, ਅੱਜ ਫਸਟ ਪਾਰਟ ਬਣਾਇਆ, ਕੱਲ ਨੂੰ ਆਪਾਂ ਬਣਾਵਾਂਗੇ ਸੈਕਿੰਡ ਪਾਰਟ। ਸੋ ਦੱਸਿਓ ਤੁਹਾਨੂੰ ਫਸਟ ਪਾਰਟ ਕਿਵੇਂ ਲੱਗਿਆ, ਤਾਂ ਆਪਾਂ ਸੈਕਿੰਡ ਪਾਰਟ ਆ ਜਿਹੜਾ ਉਹ ਕਰਾਂਗੇ, ਪਬਲਿਸ਼ ਕਰਾਂਗੇ, ਠੀਕ ਹੈ। ਦੱਸਿਓ ਵੀਡੀਓ ਕਿਵੇਂ ਬਣੀ ਆ, ਐਂਡ ਸਾਰਾ ਕੁਛ ਵਧੀਆ ਇੰਜੋਏ ਕੀਤਾ ਤੁਸੀਂ, ਇਹ ਸਰਪ੍ਰਾਈਜ਼ ਇੰਜੋਏ ਕੀਤਾ? ਮੈਨੂੰ ਮੇਰਾ ਸਰਪ੍ਰਾਈਜ਼ ਬਹੁਤ ਪਸੰਦ ਆਇਆ। ਸੋ ਪਲੀਜ਼ ਲਾਈਕ, ਕਮੈਂਟ, ਸ਼ੇਅਰ ਐਂਡ ਸਬਸਕ੍ਰਾਈਬ ਆਰ ਚੈਨਲ। ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ, ਕੀਪ ਸਪੋਰਟਿੰਗ, ਕੀਪ ਵਾਚਿੰਗ। ਥੈਂਕ ਯੂ ਸੋ ਮੱਚ, ਐਂਡ ਮਿਲਦੇ ਹਾਂ ਫਿਰ ਆਪਾਂ ਨੈਕਸਟ ਬਲੌਗ ਦੇ ਵਿੱਚ। ਸੈਕਿੰਡ ਬਲੌਗ ਆਪਾਂ ਉਦੋਂ ਬਣਾਵਾਂਗੇ ਜਦੋਂ ਆਹ ਵਾਲਾ ਬਲੌਗ ਤੁਹਾਨੂੰ ਵਧੀਆ ਲੱਗਿਆ, ਅਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋਗੇ, ਵੱਧ ਤੋਂ ਵੱਧ ਲਾਈਕ ਕਰੋਗੇ, ਐਂਡ ਵੱਧ ਤੋਂ ਵੱਧ ਸ਼ੇਅਰ ਕਰੋਗੇ ਐਂਡ ਸਬਸਕ੍ਰਾਈਬ ਕਰੋਗੇ ਸਾਡਾ ਚੈਨਲ।